हाँ जी, सत श्री अकाल सारिआं नूं। ते अज आपां आयांगे इत्थे कोयलां लै के, ते साल दा जिहड़ा पहला गेड़ा गा, ते तुहानूं दिखाउणे कि किहड़ी कोयलां दी है, कोयला फैक्टरी च पहुंचांगे आपां। ते इत्थे कोयलां जिहड़ियां उतरनियां रहियां, बहुत बड़ियां बड़ियां कोयलां ने, ते जिहड़ा लोड है ओह वी बहुत डेंजरस हैगा। ते तुहानूं दिखाया होइआगा फोटो दे विच वी मूहरे वी जिहड़ा इह लोड है जिहड़ा कोयलां दा, ओह बहुत ही खतरनाक हैगा। ते हजे दिन चढ़ेगा ते आपां पहुंच चुके आंगे अमरीका दे विच, ते सानूं दिखाउणे आ कि वी किद्दां जिहड़ा इह लोड लाउंदे ने गे मशीनां राहीं फैक्टरी दे विच। ते आपां इहदू बाद चलदे आ पिकअप ते लोड ला के, ते देखदे आ वी की चुकाउंदे ने आपां नूं, ते करदे आ गल्लबात। देखो मित्रो, कोयलां ही कोयलां होईआं पईआं ने फैक्टरी दे विच। बाबे पहुंच गए अंदर आपां हुण, ते कोयल आपां लै के आए थी नवें साल ते पहली तरीक नूं। ਪਹਿਲਾ ਲੋਡ ਸੀ ਜਿਹੜਾ ਕਹਿੰਦੇ ਆਪਣਾ ਕੋਇਲਾਂ ਦਾ ਸੀਗਾ, ਹੈਮਿਲਟਨ ਤੋਂ ਚੱਕਿਆ ਅਤੇ ਲੈ ਕੇ ਆਇਆ ਇੱਧਰ 10 ਸੀ। ਕੋਇਲਾਂ ਹੀ ਕੋਇਲਾਂ ਪਈਆਂ ਨੇ, ਗੋਲ ਗੋਲ ਕਰਿਆ ਪਿਆ ਕੰਮ ਸਾਰੇ ਪਾਸੇ। ਕਿੱਡੀ ਵੱਡੀ ਫੈਕਟਰੀ ਹੈ ਦੇਖੋ, ਮਸ਼ੀਨਾਂ ਹੀ ਵਾਲੀਆਂ ਜ਼ਬਰਦਸਤ ਨੇ। ਅਤੇ ਉਹ ਜਿਹੜੀ ਮਸ਼ੀਨ ਜੀ ਨੇ ਆਉਣਾ, ਸਕੰਜੇ ਜਿਹੇ ਨੇ ਚੱਕ ਕੇ ਆਪਣੀ ਕੋਇਲ ਮਿੰਟੋ ਲੈ ਜਾਣੀ ਹੈ। 40,000 ਪਾਉਂਡ ਜਿਹੜਾ ਭਾਰ ਹੈਗਾ ਇਹਦਾ, ਅਤੇ ਮਿੰਟੋ ਮਿੰਟੀ ਚੱਕ ਕੇ ਲੈ ਜਾਣਾ ਉਹਨਾਂ ਨੇ। ਮਸ਼ੀਨੀ ਯੁੱਗ ਹੋ ਗਿਆ, ਬੰਦਿਆਂ ਦੀ ਤਾਂ ਸਾਲੀ ਕਦਰ ਹੀ ਨਹੀਂ ਰਹੀ ਹੈਗੀ। ਤੁਹਾਨੂੰ ਦਿਖਾਉਣੇ ਆਪਾਂ ਨੇ ਜਿਹੜੀ ਸੰਗਲ ਸੁੰਗਲ ਲਾ ਤੇ, ਲੈਣ ਲੱਗੀ ਪਈ ਆ ਪਿੱਛੇ ਬਹੁਤ ਵੱਡੀ। ਆ ਪਈ ਆਪਣੀ ਕੋਇਲ ਟ੍ਰੇਲਰ ਦੇ ਉੱਪਰ, ਅਤੇ ਤੁਹਾਨੂੰ ਦਿਖਾਵਾਂਗੇ ਜਦੋਂ ਮਸ਼ੀਨ ਆਈ ਵੀ ਕਿੱਦਾਂ ਉਹਨੇ ਸਕੰਜੇ ਜਿਹੇ ਹੱਥ ਪਾਉਣੇ ਨੇ ਅਤੇ ਚੱਕ ਕੇ ਲੈ ਜਾਣੀ ਆ। ਉਰੋਂ ਦੀ ਆਉਣਾ ਉਹਨੇ, ਹੱਥ ਜੇ ਨੇ ਵੇਟ ਕਰੀ ਜਾਂਦੇ ਆਪਾਂ, ਅਤੇ ਪਿੱਛੇ ਲੈਣ ਵੀ ਬਹੁਤ ਲੱਗੀ ਖੜੀ ਹੈ ਜੀ। ਟਰੱਕ ਹੀ ਟਰੱਕ ਲੱਗੇ ਖੜੇ ਨੇ ਪਿੱਛੇ, ਸਾਰੇ ਆਪੋ ਦੇ ਸੰਗਲ ਲਾ ਹੀ ਜਾਂਦੇ ਨੇ। ਬੜਾ ਭਾਰ ਹੈ ਬਾਈ ਇਹਦਾ, ਸਭ ਤੋਂ ਬੇਕਾਰ ਲੋਡ ਹੈਗਾ ਇਹ, ਕਿਉਂਕਿ ਜੇ ਇਹ ਇੱਥੋਂ ਚੱਲ ਪਏ, ਚੇਨਾਂ ਚੂਨਾਂ ਟੁੱਟ ਜਾਣ, ਸਟਰੈਪ ਟੁੱਟ ਜੇ, ਤਾਂ ਬਾਬੇ ਇਹ ਅੱਗੇ ਜਾ ਕੇ ਨੁਕਸਾਨ ਬਹੁਤ ਕਰਦੀ ਹੈ, ਟਰੱਕ ਟ੍ਰੇਲਰ ਦਾ ਨੁਕਸਾਨ, ਡਰਾਈਵਰ ਦਾ ਨੁਕਸਾਨ। ਸੋ ਬੜਾ ਕੇਅਰਫੁੱਲ ਲੋਡ ਹੈ ਇਹ ਚੱਕਣ ਵਾਲਾ। ਉਹ ਆ ਗਈ ਮਸ਼ੀਨ, ਤੁਹਾਨੂੰ ਦਿਖਾ ਰਿਹਾ, ਉਹ ਤੁਰੀ ਹੁੰਦੀ ਹੈ 25 ਟਨ ਕਹਿੰਦੇ ਚੱਕ ਸਕਦੀ ਹੈ ਮੈਨੂੰ ਲੱਗਦਾ। ਮਿੰਟੋ ਮਿੰਟੀ ਚੱਕ ਕੇ ਲੈ ਜਾਣੀ ਉਹਨੇ, ਪਿੱਛੇ ਹੋ ਜਾਈਏ ਮਾੜਾ ਜਿਹਾ, ਸੇਫਟੀ ਫਸਟ ਹੈ। ਆ ਗਈ, ਉਹ ਦੇਖੋ ਗੁੱਲ ਜਿਹਾ ਪੈ ਜਾਣਾ ਵਿੱਚ ਹੁਣ। ਸੈੱਟ ਨਹੀਂ ਆ ਰਿਹਾ ਕਿਸੇ ਹਿਸਾਬ ਨਾਲ, ਕਹਿੰਦੇ ਇੰਨਾ ਬਾਜ਼ਾਰ ਮਿਲਟਰੀ ਚੱਕ ਲੈਣਾ। ਇਹਦਾ ਟ੍ਰੇਲਰ ਉੱਠਦਾ ਦੇਖੋ ਉੱਤੇ ਨੂੰ, ਕਿੰਨਾ ਬਾਜ਼ਾਰ ਇਹਦੇ ਵਿੱਚ ਲੈ ਗਈ ਚੱਕ। ਉਹ ਦੇਖੋ ਉਧਰੋਂ ਵੀ ਲੱਗ ਰਹੀ ਨਹੀਂ ਆ, ਇੱਥੇ ਧਰ ਦੇਣਗੇ ਲਿਆ ਕੇ। ਚੱਲ ਕਰਦੇ ਹਾਂ ਗੱਲਬਾਤ, ਫਿਰ ਦਿਖਾਉਂਦੇ ਹਾਂ ਤੁਹਾਨੂੰ ਕੀ ਚੁਕਾਉਂਦੇ ਨੇ ਆਪਾਂ ਨੂੰ ਦੁਬਾਰ 'ਚ, ਅਤੇ ਚੱਲਦੇ ਹਾਂ। ਬਾਬੇ ਉਹ ਬੜਾ ਸੋਹਣਾ ਰਾਹ ਹੈਗਾ, ਰਾਹ ਦਿਖਾਉਂਦੇ ਹਾਂ ਸਾਨੂੰ ਅਮਰੀਕਾ ਦਾ ਰਾਹ।
ਕੈਨੇਡਾ ਨੂੰ। ਆ ਮਸ਼ੀਨ ਦੇਖ ਲਓ ਕਿੰਨੀ ਤਕੜੀ, ਜਿਹੜੀ ਆ ਧਰਦੀ ਹੈ ਬੰਡਲ 'ਚ, ਬਹੁਤ ਤਕੜੀ ਮਸ਼ੀਨ ਆ। ਇੱਥੇ ਆਪਾਂ ਆਏ ਹਾਂ ਸਨੋਅ ਦਾ ਵੈਦਰ ਵੀ ਜਿਹੜਾ ਬਹੁਤ ਖਰਾਬ ਆ, ਸਨੋਅ ਬਹੁਤ ਜ਼ਿਆਦਾ ਆ। ਅਤੇ ਆ ਟ੍ਰੇਨ ਲੰਘਦੀ ਹੈਗੀ ਫੈਕਟਰੀ ਦੇ ਵਿੱਚੋਂ ਦੀ, ਅਤੇ ਆ ਰੱਖ ਤੇ ਬੰਡਲ ਜੇ ਆਹ ਲੈ ਕੇ ਚੱਲਣੇ ਨੇ ਆਪਾਂ ਨੇ ਫਲੋਰੀਡਾ ਨੂੰ। ਗਿਆਰਾਂ ਰੋਲ ਨੇ ਜਿਹੜੇ ਆਪਾਂ ਨੇ ਲੈ ਕੇ ਜਾਣੇ ਨੇ ਅੱਜ, ਛੇ ਪਿੱਛੇ ਰਖਾ ਲੈਣੇ, ਪੰਜ ਮੂਹਰੇ ਰਖਾ ਲੈਣੇ ਨੇ। ਪੂਰਾ ਢੱਡ ਦੀ ਗੱਡ ਸੀ ਬਾਬਾ, ਆਹ ਦੋ ਸਟੈਪਾਂ ਪਾ ਦੀਆਂ ਆਪਾਂ ਨੇ, ਦੋ 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 ਉਹਦੇ ਪਾ ਦੀਆਂ, ਦੋ 'ਤੇ ਪਾ ਦੀਆਂ, ਅਤੇ ਬਾਕੀ ਪਾਵਾਂਗੇ ਉੱਪਰੋਂ। ਅਤੇ ਇੱਧਰੋਂ ਬੰਡਲ ਲੈ ਕੇ ਆ ਰਹੀ ਹੈ ਮਸ਼ੀਨ ਚੱਕ ਚੱਕ ਕੇ, ਤੁਹਾਨੂੰ ਦਿਖਾ ਰਹੇ ਵੀ ਉਹ ਚੱਕ ਲਏ। ਇੱਦਾਂ ਚੱਕ ਕੇ ਰੱਖਦੀ ਹੈ ਮਿੰਟੋ ਮਿੰਟ ਮਸ਼ੀਨਰੀ ਕੀ, ਹੈ ਨਾ, ਟਾਈਮ ਆ ਗਿਆ ਮਸ਼ੀਨਰੀ ਦਾ, ਬੰਦਿਆਂ ਤੋਂ ਕੰਮ ਹੀ ਹੋ ਰਿਹਾ ਮਸ਼ੀਨ ਨੇ। ਅਤੇ ਟਰੱਕ ਪਰਾਂ ਪਾਰਕ ਕਰਵਾ ਤਾ ਆਪਾਂ ਤੋਂ, ਕਹਿੰਦੇ ਟ੍ਰੇਲਰ ਗੱਲਾਂ ਡਰੋਪ ਕਰ ਦੇ। ਠੰਡ ਵੀ ਬਹੁਤ ਜ਼ਿਆਦਾ, ਹੱਥ ਥਰ ਗਏ। ਦਸ ਰੱਖ ਤੇ ਰੋਡ 'ਚ, ਇੱਕ ਰਹਿ ਗਿਆ, ਉਹ ਦੇਖਦੇ ਆਪਾਂ ਕਿਹੜੇ ਹਿਸਾਬ ਨਾਲ ਰਖਾਈਏ।